स्वागत है किसान वीरो तुहाडा यूट्यूब चैनल सिद्ध कडेरी फार्मिंग दे विच। किसान वीरो अज दी वीडियो पिंड माछीके दी, इस पिंड दीआं कई वीडियो पहलां वी आपां अपलोड करदे आं, थोड़ा भरावां दा रिस्पोंस इन्ना वधिया हुंदा वी, ओह पशु जिहड़े आ ओह उसे दिन जां उदों अगले दिन सेल हो जांदे, विक जांदे आ। सो ये अज वीडियो जी आप बना रहे हैं फिर उस वीर को आए हैं, जसकरण सिंह नाम है, गल्लां बातां सारियां आप बाई जी होरां करांगे। ये नीली रावी नसल दे विच जिहड़ी है झोटी पहले सूए सूई है, तो यह अज विकाऊ है बाई जी होरां कोल, डिटेल इहदी सारी लै लांगे। झोटी है बहुत ज़्यादा सोहनी है, तुसीं इहदे आर्डर की बनतर देख सकते हैं, पहले सूए सूई है। वीडियो नूं सारी देखो जो दोस्तों, एंड च इहदा नंबर भी बाई जी होरां दा स्क्रीन ते चलूगा, तुसीं सौदा कर सकते हैं इन्हां दे नाल। डिटेल सारी लैके तुहानूं इस वीडियो दे विच आपां दसदे हां। आओ आपां बाई जी होरां नाल गल्लबात करदे हां। तो एक बेनती है भी मेरे इस चैनल नूं जरूर सबसक्राइब कर दिओ, क्योंकि इहदे उत्ते डेली आंगू हुण वीडियो मैं अपलोड करदा जिहदे च विकाऊ पशु भी हुंदे आ ते कुछ शौकीन वीरां दे पशु जिहड़े उह भी तुहानूं दिखाउणे आ। आओ बाई जी होरां नाल गल्लबात करिए। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਬਾਈ ਜੀ ਨਾਮ ਇੱਕ ਵਾਰ ਕਨਫਰਮ ਕਰਾਇਓ। ਨਾਮ ਜਸਕਰਨ ਸਿੰਘ ਜੀ। ਠੀਕ ਹੈ ਬਾਈ ਜੀ। ਤੇ ਪਿੰਡ ਮਾਛੀਕੇ। ਠੀਕ ਹੈ ਜੀ। ਜ਼ਿਲ੍ਹਾ ਮੋਗਾ ਜੀ। ਠੀਕ ਹੈ। ਨਿਹਾਲ ਸਿੰਘ ਵਾਲਾ ਲੱਗਦੀ ਆ। ਹਾਂਜੀ ਸਹੀ ਹੈ ਬਾਈ। ਇਹਦਾ ਦੋਸਤੋ ਜਿਹੜਾ ਪਿੰਡ ਦਾ ਐਡਰੈਸ ਆ ਉਹ ਸਕਰੀਨ ਤੇ ਵੀ ਲੱਗਾ ਹੋਇਆ, ਤੁਸੀਂ ਇੱਥੋਂ ਦੇਖ ਸਕਦੇ ਆ। ਤੇ ਬਾਈ ਇਹ ਜਿਹੜੀ ਝੋਟੀ ਹੈ ਕਿੰਨਵੇਂ ਸੂਏ ਸੂਈ ਹੈ? ਬਾਈ ਇਹ ਪਹਿਲਾ ਸੂਆ ਸੂਈ ਆ। ਕਿੰਨੇ ਦਿਨਾਂ ਦੀ ਸੂਈ ਅੱਜ? ਤੇ ਇਹ ਪਰਸੋਂ ਸ਼ਾਮ ਨੂੰ ਸੂਈ ਹੋਈ ਹੈ ਜੀ। ਪਰਸੋਂ ਸ਼ਾਮ ਨੂੰ ਮਤਲਬ 2 ਦਿਨ ਮੰਨ ਕੇ ਚੱਲਾਂਗੇ ਆਪਾਂ। 2 ਦਿਨ ਮੰਨ ਲਓ। ਹਾਂ ਅੱਜ। ਠੀਕ ਠੀਕ ਹੈ। ਤੇ ਇਹਦਾ ਕਿੰਨਾ ਕੁ ਬੋਲਾ ਇਹ ਦੇ ਰਹੀ ਆ ਹੁਣ? ਬੋਲਾ ਇਸ ਟਾਈਮ ਜੀ 8-9 ਲੀਟਰ, ਯਾਨੀ 9 ਲੀਟਰ ਹੈਗਾ ਵਾ ਬੱਲਾ। 9 ਲੀਟਰ ਬੋਲਾ ਹੈਗਾ। ਤੀਜਾ ਦੇਣੀ ਅੱਜ। ਠੀਕ ਹੈ। ਹਜੇ ਪੂਰੀ ਖਾਲੀ ਕਰਨ ਲੱਗੇ ਕਿ ਨਹੀਂ ਕੀਤੀ? ਨਹੀਂ ਹੁਣ ਖਾਲੀ ਸਵੇਰ ਦੀ ਕਰੀ ਹੋਈ ਹੈ ਜੀ। ਅੱਜ ਸਵੇਰ ਪੂਰੀ ਖਾਲੀ ਕੀਤੀ ਹੈ। ਪੂਰੀ ਖਾਲੀ ਕਰੀ ਹੋਈ ਹੈ ਜੀ। ਠੀਕ ਠੀਕ ਹੈ। ਤੇ ਇਹਦੀ ਉਮਰ ਕਿੰਨੀ ਕੁ ਹੈ ਬਾਈ? ਉਮਰ ਬਾਈ ਜੀ ਇਹਦੀ ਯਾਨੀ ਕਿ ਤਕਰੀਬਨ 3 ਸਾਲ ਦੀ ਹੈ। ਠੀਕ ਹੈ। 4 ਦੰਦ ਹੁੰਦੀ ਹੈ ਮੂੰਹ ਦੇ ਵਿੱਚੋਂ। 4 ਦੰਦ ਹੈ। ਹਾਂਜੀ ਹਾਂਜੀ। ਠੀਕ ਦਿਖਾ ਦਾਂਗੇ। ਠੀਕ ਹੈ। ਦੇਖ ਸਕਦੇ ਹੋ ਤੁਸੀਂ ਕਿਸਾਨ ਵੀਰੋ, ਸਿੰਘ ਇਹਦਾ ਥੋੜਾ ਜਿਹਾ ਪਿੱਛੇ ਨੂੰ ਹੈ ਤੇ ਬਾਕੀ ਦੰਦ ਵੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀ। ਦੇਖ ਸਕਦੇ ਹਾਂ ਤੁਸੀਂ ਦੋਸਤੋ, ਚੌਕੀ ਹੈ ਇਹ। 4 ਦੰਦ ਮੂੰਹ ਦੇ ਵਿੱਚੋਂ ਝੋਟੀ ਹੈ। 3 ਸਾਲ ਚੌਕ ਦੇ ਦੰਦਾਂ ਦੇ ਹਿਸਾਬ ਤੇ 3 ਤੋਂ ਥੋੜਾ ਬਹੁਤ 1-2 ਮਹੀਨੇ ਇੱਧਰ ਉੱਧਰ ਹੋ ਸਕਦੇ ਆ। 3 ਸਾਲੇ ਦੀ ਉਮਰ ਹੈ। ਪਹਿਲੇ ਸੂਏ ਸੂਈ ਹੈ। ਥਣਲੇ ਵਾਇਦਾ ਦੋਸਤੋ ਦੇਖਣ ਵਾਲਾ ਹੈ। ਤੁਸੀਂ ਗੈਪ ਜਿਹੜਾ ਬਿੱਥੀ ਥਣਾਂ ਦੀ ਦੇਖੋਗੇ, ਪੂਰਾ ਜੋਸ਼ ਵਾਲਾ ਆਰਡਰ ਹੈ। ਥਣਾਂ ਦੇ ਵਿੱਚ ਜਿਹੜੀ ਬਿੱਥੀ ਆ ਉਹ ਅੱਗੇ ਪਿੱਛੇ ਬਹੁਤ ਜ਼ਿਆਦਾ ਹੈ। ਤੁਸੀਂ ਦੇਖ ਸਕਦੇ ਹੋ ਨਿਖੜਵਾਂ ਜਿਹੜਾ ਥਣ ਲੱਗਾ ਹੋਇਆ। 4 ਥਣਾਂ ਦੇ ਵਿੱਚ ਬਹੁਤ ਜ਼ਿਆਦਾ ਹੀ ਬਿੱਥੀ ਹੈ, ਦੇਖ ਸਕਦੇ ਹਾਂ ਦੋਸਤੋ। ਬਾਕੀ ਤੋੜ ਕੇ ਵੀ ਤੁਹਾਨੂੰ ਦਿਖਾਉਣੇ ਖੁੱਲ੍ਹੇ ਨੂੰ ਵੀ। ਦੇਖ ਸਕਦੇ ਹਾਂ ਤੁਸੀਂ ਬਹੁਤ ਸੋਹਣਾ ਹਵਾਨਾ, ਪੂਰਾ ਜੋਸ਼ ਵਾਲਾ ਜਿਹੜਾ ਹਵਾਨਾ ਉੱਦਾਂ ਦਾ ਇਹਦਾ ਹਵਾਨਾ ਤਿਆਰ ਹੈ। ਬਾਕੀ ਇਹ ਸੁਬਾ ਖਾਲੀ ਕੀਤੀ, ਉਹਦੇ ਕਰਕੇ ਥਣ ਤੁਹਾਨੂੰ ਦੱਸਦੇ ਹੋਣਗੇ ਬਿਲਕੁਲ ਖਾਲੀ ਹੈ। 2-3 ਦਿਨ ਦੀ ਸੂਈ ਹੈ। ਬੰਨਦੇ ਬਾਈ ਕੋਈ, ਪਹਿਲੇ ਸੂਏ ਸੂਈ ਹੋਈ ਝੋਟੀ। ਜਿਹੜੀ ਮੇਨ ਚੀਜ਼ ਵਾਰ ਵਾਰ ਦੇਖਣ ਨੂੰ ਜੀ ਕਰਦਾ ਉਹ ਇਹਦਾ ਹਵਾਨਾ ਦੋਸਤੋ, ਇਹਦਾ ਆਰਡਰ ਹੈ ਜਿਹੜਾ ਉਹ ਵਾਰ ਵਾਰ ਤੁਹਾਡਾ ਦੇਖਣ ਨੂੰ ਜੀ ਕਰੂਗਾ। ਥਣਾਂ ਦੇ ਵਿੱਚ ਬਿੱਥੀ ਤੁਸੀਂ ਦੇਖ ਸਕਦੇ ਹਾਂ, ਬਹੁਤ ਸੋਹਣੇ ਪੈਠਪੁੜੇ ਦੀ, ਬਹੁਤ ਸੋਹਣੇ ਰੰਗ ਦੇ ਵਿੱਚ। ਬੰਦ ਨੀਲੀ ਰਾਵੀ ਨਸਲ ਦੀ ਝੋਟੀ ਇਹ ਦੋਸਤੋ। ਇਹਦੇ ਮਗਰ ਮੇਲ ਕਾਫ ਹੈ, ਕੱਟਾ ਹੈ। ਬਾਕੀ ਉਹਦੇ ਨਾੜੂਏ ਤੋਂ ਤੁਹਾਨੂੰ ਅੰਦਾਜ਼ਾ ਹੋ ਜੂਗਾ ਵੀ ਹਜੇ 1 ਦਿਨ ਦੀ ਇਹ, 2 ਦਿਨਾਂ ਦੀ ਸੂਈ ਹੈ। ਦੰਦਾਂ ਦੇ ਉੱਤੇ ਵੀ ਮਾਸ ਅਜੇ ਹੈਗਾ। ਜਸਕਰਨ ਬਾਈ ਇਹਦਾ ਜਾਇਜ਼ ਜਿਹਾ ਰੇਟ ਜਿਹੜਾ ਮਤਲਬ ਤੁਹਾਡਾ ਆਪਦਾ ਮੁਨਾਫਾ ਵਿੱਚ ਰੱਖ ਕੇ, ਕਿਉਂਕਿ ਤੁਸੀਂ ਖਰੀਦੀ ਹੈ ਇਹ, ਤੇ ਉਹ ਮੁਨਾਫਾ ਜਿਹੜਾ ਜਿੰਨਾ ਕੁ ਤੁਸੀਂ ਲੈਂਦੇ ਹੋ ਉਹ ਰੱਖ ਕੇ, ਤੇ ਇਹਦਾ ਜਾਇਜ਼ ਜਿਹਾ ਰੇਟ ਦੱਸਿਓ ਜੀ। ਇਹਦਾ ਜਮਾਂ ਬਿਲਕੁਲ ਜਾਇਜ਼ ਰੇਟ ਜੀ 86,000 ਰੁਪਇਆ। 86,000। ਤੇ ਇਹਦੇ ਵਿੱਚੋਂ ਥੋੜਾ ਜਿਹਾ ਦੱਸ ਦਿਓ ਜੇ ਵੀ ਕੋਈ ਥੋੜਾ ਬਹੁਤ ਮੰਨਦਾ ਹੋਵੇ। ਨਹੀਂ ਹੋਣਾ ਵੀਰੇ, ਥੋੜਾ ਮੋਟਾ ਹੋ ਜੂਗਾ। ਠੀਕ ਹੈ। ਠੀਕ ਹੈ ਜਾਨੀ। ਕੋਈ ਵਿੱਚ ਬੰਦੇ ਕਹਿਣ ਲੱਗ ਜਾਂਦੇ ਵੀ 70 ਦੀ ਕਰ ਲੈ, 75 ਦੀ ਉਵੇਂ ਨਹੀਂ ਹੋਣਾ। ਠੀਕ ਹੈ। ਠੀਕ ਹੈ ਨਾ। ਥੋੜਾ ਮੋਟਾ ਮਾਣ ਮੌਕੇ ਤੇ ਹੋ ਜੂਗਾ, ਜ਼ਿਆਦਾ ਨਹੀਂ ਹੋਣਾ। ਵੈਸੇ ਇਹਦਾ 86,000 ਰੇਟ। ਹਾਂ 86,000। ਠੀਕ ਹੈ। ਐਕਸਲ ਕਮੀ ਹੈ, ਮਾਰਤਾਣ ਹੋ ਜੂਗਾ। ਠੀਕ ਹੈ ਦੋਸਤੋ, ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਹਵਾਨੇ ਦੇ ਨਾਲ ਜਿਹੜੀ ਇਹ ਝੋਟੀ। ਬਾਕੀ ਆਮ ਆਪਾਂ ਨੂੰ ਪਤਾ ਵੀ ਜਿਹੜਾ ਉੱਪਰੋਂ ਜਿਹੜਾ ਪਸ਼ੂ ਦੀ ਸਰੀਰਕ ਬਣਤਰ ਆ ਉਹ ਤਾਂ ਸੋਹਣੀ ਆ ਜਾਂਦੀ ਹੁੰਦੀ ਹੈ, ਪਰ ਜਿਹੜਾ ਇਹਦੇ ਹਵਾਨੇ ਦੀ ਬਣਤਰ ਹੁੰਦੀ ਹੈ, ਇਹ ਚੀਜ਼ਾਂ ਜਿਹੜੀਆਂ ਉਹ ਚੰਗੇ ਰਵੇ ਦੇ ਵਿੱਚੋਂ ਹੀ ਮਿਲਦੀਆਂ, ਚੰਗੀਆਂ ਮੱਝਾਂ 'ਚੋਂ ਹੀ ਮਿਲਦੀਆਂ ਹੁੰਦੀਆਂ, ਇਹ ਬਣਾਉਣੀਆਂ ਬਹੁਤ ਔਖੀਆਂ। ਪਹਿਲੇ ਸੂਏ ਸੂਈ ਵੀ ਝੋਟੀ ਆਉਣ ਵਾਲੇ ਟਾਈਮ 'ਚ ਜੇ ਇਹਦੇ ਚੰਗਾ ਆਪਾਂ ਸੀਮਣ ਰਖਾਉਣੇ ਆ ਤਾਂ ਨੀਲੀ ਰਾਵੀ ਨਸਲ ਜਿਹੜੀ ਆ ਕੋਈ ਵੀ ਵੀਰ ਆਪਦੇ ਘਰ 'ਚ ਇਸ ਮੱਝ ਤੋਂ ਚੰਗੀ ਤਿਆਰ ਕਰ ਸਕਦਾ। ਬਾਕੀ ਜਿੰਨਾ ਕਿ ਇਹਨੂੰ ਦੇਖਿਆ ਉਨਾ ਇਹ ਕਾਫੀ ਸ਼ਾਂਤ ਸ਼ਰੀਫ ਜੀ ਲੱਗੀ ਹੈ, ਡਰੀ ਜਾਂਦੀ ਹੈ ਥੋੜਾ ਜਿਹਾ ਕਿਉਂਕਿ ਉੱਪਰੇ ਘਰੇ ਆਈ ਹੈ ਪਹਿਲੇ ਸੂਏ ਸੂਈ ਵੀ ਝੋਟੀ। ਜੇ ਤੁਹਾਡੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਤਾਂ ਤੁਸੀਂ ਨੰਬਰ ਜਿਹੜਾ ਬਾਈ ਜੋਰਾਂ ਦਾ ਸਕਰੀਨ 'ਤੇ ਚੱਲ ਰਿਹਾ
इस नंबर के उत्ते कंटैक्ट करके सौदा कर सकते हैं। थोड़ा जहा जिहड़ा इहदा तुहानू ढांचा शरीरक वह थोड़ा जहा इसलिए महसूस होगा भी यह अजे कल परसों की सूई है तो पट्ठे पूरे खुल के खान नहीं लगी क्योंकि सूके केरा पशु जिहड़ा ओव जी आपकी सेहत चंगी सेहत तो वह हफ्ते तो 10 दिन लै जांदा ये करके थोड़ा तुहानू लिस्सा पंजा दिखाऊगी क्योंकि यह सूई में हजे सिर्फ 2 दिन ही होए। धन्यवाद दोस्तों वीडियो देखने वास्ते। ये झोटी थोड़ी किमें लगी कमेंट करके जरूर दस्यो जी।